चाल 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 मैनू आना कटर तू पा थले रे कट कर थले कट रे कर ला जी। अज पहुंच इतने नहर पार करके मुंगी वड़ नहीं इतने गया चार पाँच किले तो अपने मशीन कल तो आती ही अज साहब मिनट कितने यार वड़ गया तो अपना भी पुराना सबसक्राइबर है वीडियो देखता अपनिया वो बटन चले तो इनू चलानी नहीं आती तो मैंने इस करके नाल लैके आया भी तू आप चल तू चल नाल मैं नाल आना पा तो मुंडकी बढ़नी तो मैंने ही पैनी आ ट्रैक्टर मशीन निका बच्चा लैके जा रहा अच्छा आ ड्रै असला इन्हें ड्रैवर है क्या मैनू चला दे पर आना ला ली कि बंदा क्या मैनू थोड़ी बार चलावन दे मैं वाल सीखना मैं तू चला ला इन्हें डैडी ने रोका भी इनू नहीं पाना मशीन तेन आ ट्रैक्टर के अस मशीन आ मशीन बिल्कुल नवी आइवर तो इतने पा लगन गए इतो नहर पार करनी है जी निकी जी पौला तो मैं उतरना थले तेन दसना चक देंगे आ नहर है जी तो आ पौला आ रही मशीन सामने इतने पहले लंघ दी मशीन इतों अच्छा पुल जो बैठा है इतना थोड़ा जहा पर गाटर ही बहुत तगड़े ने आने असि मेरे मशीन यार छानने छुने खोलते हैं मैं इनकी मिन्नत की थी मैं वट गया तो इतने ड्राइवरी का पा लगता कि बंदे वाकई ड्राइव पिछा कह मेरे वाले वे हा पूरा भरारा इधर इधर खुरा थान की चक्कर है रख माड़ी हाँ दोबारा पा देखो जी पूरा भरारा नहर का थले नहर वगदी आ फुल इधर रखे माड़ा जहां इधर नू चल चल दोबारा तैयार किते है ना रखिया साडे वाल वेख तू ऐ रखी माड़ा जहां हां दूजी का वड्डा हुंदा चल चल आ जी फ्री आ नहर राजस्थान जाता पानी का कित अगे गिला गुला तो नहीं गया साइडा वो ड्राइवरी बढ़िया तेरी कितों वाल सीखा तू है ड्राइवरी बहुत है तेरी जान बहुत कट्ठी हुई फिर तेरी दे चल 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 बाकी मशीन लगाती है बंदे ने पुछते हैं भी दिल डरिया या नहीं डरिया इंदा अही थले डरी गए तेरा जी डरिया कि नहीं उपर है हाँ दिल डरिया नहीं दसता दे हाँ जी डरा नहीं बंदा बोलन नहीं डा यार इत रोक लै कर लंघ लैन दे चल 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 इत मेरा दिल डरा नहीं वो हाँ ना दस दे नहीं डरया कहिंदा मेरा जमा नहीं जी डरया राह है कहिंदा किले मड़ा हौली जान दे इधर ना ला ली किरे आ देख लो पूरे पूरे रास्ते आ
ਇੰਨਾ ਚੌੜਾ ਵੀ ਰਸਤਾ ਨਹੀਂ ਹੈਗਾ। ਮੈਂ ਲੱਗਦਾ ਉਹ ਇਹ ਸਾਹਮਣੇ ਉਹ ਆ ਜਿਹੜੀ ਹਾਂ ਉੱਚਾ। ਕਿੰਨੇ ਸਾਲ ਹੋ ਗਏ ਤੈਨੂੰ ਮਸ਼ੀਨ ਚਲਾਉਂਦੇ ਨੂੰ? ਹਾਂ ਤਾਂ ਹੀ 10 ਸਾਲ, 15 ਸਾਲ, 5 ਸਾਲ, 2-3 ਸਾਲ ਹੋ ਗਏ ਜੀ ਇਹਨੂੰ। ਮੈਨੂੰ 10 ਸਾਲ ਹੋ ਗਏ ਮਸ਼ੀਨ ਛੱਡੀ ਨੂੰ। 10 ਸਾਲਾਂ ਬਾਅਦ ਰੋਡ 'ਤੇ ਚਲਾ ਕੇ ਲਿਆ ਮੈਂ। ਆਪਾਂ ਵੱਢ ਕੇ ਨਿਕਲ ਚਲੀਏ ਦਾ ਨੇਰਾ ਨੇ ਇੱਥੇ ਕਰ ਲਈ ਕਿਤੇ। ਉਹ ਸਾਹਮਣੇ ਜਾਣਾ ਆਹ ਦੇਖ ਲਓ ਜੀ ਰਸਤੇ ਬਿਲਕੁਲ ਪੂਰੇ ਸਾਈਡਾਂ 'ਤੇ ਪੂਰਾ ਪਾਣੀ, ਇੱਧਰ ਵੀ ਪਾਣੀ ਝੋਨਾ। ਅਤੇ ਬਾਕੀ ਅਸੀਂ ਖਰੇ ਕਿਹੜੇ ਹਾਕਦਾ ਨੂੰ ਮੂਹਰ ਬਣਿਆ ਹੈਗਾ। ਅਤੇ ਵੱਡੀ ਮਸ਼ੀਨ ਦੇ ਵਾਸਤਾ ਕੰਮ ਨਹੀਂ ਹੈ, ਟਰੈਕਟਰਾਂ ਦੇ ਵਾਸਤਾ ਰੋਗ ਸੀ। ਇਹਦਾ ਹਿੱਸਾ ਛੋਟਾ ਹੁੰਦਾ ਥੋੜ੍ਹਾ ਜਿਹਾ? ਕਿੰਨਾ ਕੁ ਪ੍ਰਸੈਂਟ ਫਰਕ ਪੈਂਦਾ ਫੁੱਟ ਦਾ ਅੱਧੇ ਫੁੱਟ ਦਾ ਉਹਦੇ ਨਾਲੋਂ? ਹੈਂ ਫਿਰ ਵੱਡੀ ਮਸ਼ੀਨ ਦਾ ਪੁੱਲ ਤੋਂ ਲੰਘਣੀ ਨਹੀਂ ਸੀ ਹੈ ਨਾ? ਫਿਰ ਇਹ ਪੁੱਲ ਤੋਂ ਲੰਘਣੀ ਨਹੀਂ ਸੀ ਵੱਡੀ ਦਾ, ਬੜੀ ਔਖੀ ਲੰਘੇ ਆ। ਬਾਕੀ ਉਹ ਇੱਧਰ ਨੂੰ ਜਾਣਾ ਵੀ ਰਸਤਾ ਪੂਰਾ ਪੂਰਾ ਦੱਸਦੇ ਆ। ਉਹ ਲਿਆ ਗਾ ਨਖਰੇ ਨਾ ਕਰ। ਚੱਲ ਚੱਲ ਚੱਲ, ਮੈਨੂੰ ਆਹਦਾ ਕਟਰ ਤੂੰ ਪਾ। ਸਾਰਾ ਵੱਲ ਆਉਂਦਾ ਤੈਨੂੰ ਨਖਰਾ ਹੈਗਾ ਤੇਰੇ ਕੋਲੇ, ਸਾਰਾ ਵੱਲ ਆਉਂਦਾ ਤੈਨੂੰ ਨਖਰੇ ਹੈਗੇ ਤੇਰੇ ਕੋਲੇ। ਚੱਲ ਚੱਲ, ਐਵੇਂ ਜ਼ਿੰਦਗੀ ਲਗਾਲ ਦਿੱਤੀ ਨੇ ਯਾਰ। ਪਰੇ ਰੱਖ ਪਰੇ ਨੂੰ, ਜਾਣ ਕੇ ਕਰਦਾ ਇਹ। ਚੱਲ ਪਿੱਛੇ ਕਰ, ਪਰੇ ਨੂੰ ਕਟਾਈ ਕਰ, ਮੇਰੇ ਨਾਲ ਪੈਸੇ ਬਹਿ ਕਰਕੇ ਇੱਧਰ ਕਰ, ਇੱਕ ਪਿੱਛੇ ਕਰ ਲੈ ਮਾੜੀ ਜੀ, ਨਹੀਂ ਪੈਣੀ, ਮਾੜਾ ਪਿੱਛੇ ਕਰ ਲੈ, ਬੰਦਾ ਕਾਹਲੀ ਕਰ ਜਾਂਦਾ ਜਲਦਬਾਜ਼ੀ ਥੋੜ੍ਹੀ। ਪਿੱਛੇ ਕਰ, ਜਾਣ ਦੇ, ਚੱਲ ਚੱਲ ਚੱਲ, ਉਹ ਜਾਣ ਬਸ ਚੱਲ। ਸਾਡਾ ਜੀ ਇਹੀ ਰੋਲਾ ਚੱਲ ਰਿਹਾ, ਉਹ ਮੈਨੂੰ ਕਹਿੰਦਾ ਤੂੰ ਚਲਾ, ਮੈਂ ਕਹਿੰਦਾ ਤੂੰ ਚਲਾ, ਚਲਾਈ ਉਹਨੇ ਵੀ ਕਦੇ ਨਹੀਂ ਚਲਾਈ, ਮੈਂ ਵੀ ਕਦੇ ਟਰੈਕਟਰ ਵਾਲੀ ਮਸ਼ੀਨ ਹੁਣ ਲੈ ਕੇ ਆ ਰਿਹਾ ਬਣਾਇਆ ਮਾੜਾ ਮੋਟਾ ਜਿਹਾ ਉਹਨੂੰ ਵੀ ਚੱਲ ਲਿਆ ਉੱਥੇ ਤਾਂ ਲਿਆ ਮੈਂ ਬਾਅਦ ਚਲਾਉਣਾ ਆ ਸਾਹਮਣੇ ਅਤੇ ਆ ਇੰਨੀ ਲੇਟ ਕੋ ਕਰ ਲਈ ਮੂੰਗੀ ਮੀਂਹ ਨੇ ਕਿ ਮਸ਼ੀਨ ਕਰਕੇ? ਅੱਛਾ ਤੁਹਾਡੇ ਪਿੰਡ ਇੰਨੀਆਂ ਤਾਂ ਮਸ਼ੀਨਾਂ? ਅੱਛਾ ਹਾਂ ਇਹ ਤਾਂ ਹੈ, ਹਾਂ ਇਹ ਤਾਂ ਆ ਜੀ ਇੱਥੇ 2 ਕਿੱਲੇ ਇੱਥੇ ਮੂੰਗੀ ਦੇ ਅਤੇ 2 ਉੱਧਰ ਖੜੇ ਆ ਅਤੇ ਬੰਦਾ ਬੈਠ ਗਿਆ ਉੱਪਰ। ਉਹ ਚਲਾ ਮੈਂ ਤੈਨੂੰ ਦੱਸ ਦਾਂਗਾ। ਆ ਜੀ ਮੂੰਗੀ ਤੇ ਲਾ ਦੇ, ਮੈਨੂੰ ਅਜੇ ਵੀ ਮਿੰਟਾਂ ਕਰੀ ਜਾਂਦਾ ਤੂੰ ਚਲਾ ਤੂੰ।
ਇਹਨਾਂ ਨੇ ਕਰਤਾ ਜੀ ਉਹੀ ਕੰਮ ਜਿਹਦੇ ਤੋਂ ਡਰਦੇ ਸੀ ਵੀ ਦੂਜੀ ਵਾਰ ਹੋ ਚੱਲਿਆ। ਇਹਨਾਂ ਨੇ ਚਾਹ ਵੀ ਨਹੀਂ ਚੈਨ ਨਾਲ ਪੀਣ ਦਿੱਤੀ ਅਤੇ ਰੋਟੀ ਵੀ ਨਹੀਂ ਖਾਣ ਦਿੱਤੀ ਇਹਨਾਂ ਨੇ, ਚੌਲ ਆਏ ਮਿੱਠੇ ਉਹ ਵੀ ਨਹੀਂ ਖਾਣ ਦਿੱਤੇ ਇਹਨਾਂ ਨੇ, ਅਤੇ ਇਹਨਾਂ ਨੂੰ ਉਹੀ ਕੰਮ ਕਰਤਾ ਜਿਹਦੇ ਤੋਂ ਅਸੀਂ ਡਰਦੇ ਸੀ ਵੀ ਚੋਕ ਨਾ ਕਿਤੇ ਕਰ ਦੇਣਾ। ਵੀ ਦੱਸ ਤੁਸੀਂ ਜਿਹੜੇ ਦੋ ਗੇੜੇ ਲਾਉਣੇ ਸੀ ਲਾ ਕੇ ਤੁਸੀਂ ਫਿਕਰ ਢਾਓ ਪਰੇ, ਪਤਾ ਨਹੀਂ ਕੀ ਕਿਉਂ ਚੋਕ ਕਰੀ ਫਿਰਦੇ ਆ। ਇਹਨੂੰ ਪੁੱਛਦੇ ਹਾਂ ਜਹਿਦਾਰ ਨੂੰ, ਕਹਿੰਦੇ ਫਲ ਠੀਕ ਆ। ਉਹ ਰੇਖ ਕਰ ਲਾ, ਰੇਖ ਰੇਖ ਕਰ ਲਾ ਬਾਬਾ, ਹੋਰ ਕਰ ਮਾੜੀ ਜੀ, ਪਹਿਲੀ ਹੋਰ ਰੇਖ ਕਰਦੇ ਹੋਰ ਕਰ ਲਓ ਮਾੜੀ ਜੀ। ਹਰੇਕ ਬੰਦਾ ਨਹੀਂ ਡਰਾਈਵਰੀ ਕਰ ਸਕਦਾ, ਕਿਸੇ ਕਿਸੇ ਦੇ ਵਾਸਤੇ ਰੋਕ ਗਏ। ਮੈਂ 10 ਸਾਲ ਬਾਅਦ ਮਸ਼ੀਨ 'ਤੇ ਬੈਠਾ, ਠੀਕ ਹੈ, ਅਤੇ ਤੂੰ ਦੱਸ ਦੇ ਵੀ ਕਿੱਲੇ ਚੋਕ ਕੀਤੀ ਹੋਈ ਤਾਂ ਮਸ਼ੀਨ ਪਹਿਲਾਂ ਕਿਹੜਾ ਦੂਜੇ, ਅਤੇ ਬਾਕੀ ਹੁਣ ਤੇਰੇ ਕੋਈ ਸਵਾਲ ਪੁੱਛਣੇ ਨੇ 2 ਮਿੰਟ ਖੜਾ ਰਹੀ ਮਸ਼ੀਨ ਤੇਰੀ ਦੇ। ਮੈਂ ਅੱਜ ਹੈ ਤੇਰੀ ਮਸ਼ੀਨ ਦੇ ਤੇਰੇ ਮੈਂ ਨੁਕਸ ਦੱਸ ਦਾਂਗਾ ਕੀ ਕਿੰਨੇ ਦੇ ਜਾ, ਇੰਨੀ ਕਿਸ਼ਤੀ ਨਹੀਂ ਚੱਲਣੀ ਚਾਹੀਦੀ ਜਿੰਨੀ ਚੱਲੀ ਜਾਂਦੀ ਆ। ਅਜੇ ਰੇਖ ਕਿਹੜੀ ਟਰੈਕਟਰ ਦੀ, ਤੈਨੂੰ ਮੈਂ ਇਹ ਗੱਲ ਕਰਦਾ ਵੀ ਥੋੜ੍ਹੇ ਜਿਹੇ ਨਾ ਇੱਕ ਪੁਲੀ ਦਾ ਫਰਕ ਪਾ ਦੇ ਕਿਸ਼ਤੀ ਦਾ, ਕਿਸ਼ਤੀ ਚੱਕਰ ਮਾੜੇ ਕੱਟ ਜਾਣਗੇ ਤੇ ਮਸ਼ੀਨ ਕਿਹੜੇ 16 ਅੰਦਾਜ਼ਾ ਹੈਗਾ। ਮੈਨੂੰ ਇਹ ਦੱਸ ਪਹਿਲਾਂ ਵੀ ਮੈਂ 2 ਮਿੰਟ ਬੈਠਾ ਚਾਹ ਪੀਣ, ਹੈ ਤੇ ਚਾਵਲ ਖਾਣ ਲੱਗਾ, 2 ਚਮਚੇ ਪਾਏ ਲਏ ਤੇ ਮਸ਼ੀਨ ਰੋਕ ਲਈ, ਹੈ ਮੈਂ ਵੀ ਇਹਨਾਂ ਨੇ ਚਾਹ ਨਾ ਮੈਨੂੰ ਚੌਲ ਨਹੀਂ ਖਾਣ ਦੇ, ਫਿਰ ਚਾਹ ਪੀਣ ਲੱਗਾ ਤੇ ਉੱਥੇ ਫਿਰ ਦੁਬਾਰਾ ਇੱਥੇ ਰੋਕ ਲਈ 2 ਵਾਰਾਂ। ਅਤੇ ਤੁਸੀਂ ਪਹਿਲੇ ਇਹ ਸਾਲ ਜਿੰਨਾ ਤੁਸੀਂ ਟਾਈਮ ਇੱਥੇ ਬਰਬਾਦ ਕੀਤਾ, ਹੈ ਤੁਸੀਂ ਤਾਂ ਗੇੜ ਲਾਓ ਬੈਗ ਦਾ ਤੇ ਮਸ਼ੀਨ ਪਿਆ ਕਮਾਦ ਮਿੱਟੀ ਨਿਕਲ ਜਾਣੀ ਸੀ। ਤੂੰ ਵੀ ਡਰਾਈਵਰ ਹੈ, ਉਹ ਚਲਾਉਣ ਦਾ ਨੀ ਚੱਕਰ ਹੈਗਾ ਵੀ ਤਰੀਕਾ ਆਉਣਾ ਚਾਹੀਦਾ ਚੋਕ ਕੱਢਣ ਦਾ, ਇਵੇਂ ਤਾਂ ਹੁਣ ਹਰੇਕ ਡਰਾਈਵਰ ਬਣ ਜਾਏਗਾ। ਮੈਂ ਕਿਹਾ ਮੈਂ ਵੀ ਡਰਾਈਵਰ ਹਾਂ, ਚਾਹ ਹੁਣ ਤਾਂ ਮਿੱਟੀ ਇੱਥੋਂ ਕਿੰਨੀ ਪਾਲ ਗਿਆ ਵੇ। ਅਤੇ ਬਾਈ ਆ ਇਹਦੇ 'ਚ ਫਲ ਚੰਗਾ, ਇਹਦੇ 'ਚ ਉਹਨਾਂ ਨੂੰ ਮਹਿਸੂਸ ਨਹੀਂ ਹੋਣਾ ਪੈਸੇ ਦੇਣ ਲੱਗਾ ਤਾਂ ਸਾਨੂੰ ਵੀ ਮਹਿਸੂਸ ਨਹੀਂ ਹੋਣਾ ਪੈਸੇ ਲੈਣ ਲੱਗੇ। ਅਤੇ ਆਹ ਵੀਰ ਦੀ ਮਸ਼ੀਨ ਆ ਜਿਹਦੇ ਨਾਲ ਮੈਂ ਆਇਆ, ਅਤੇ ਮੈਨੂੰ ਕਹਿੰਦਾ ਵੀ ਤੂੰ ਮਸ਼ੀਨ ਲੈ ਜਾ, ਮੈਨੂੰ ਨਹੀਂ ਪਤਾ ਇਹਨੂੰ ਕਿਵੇਂ ਚੱਲਣੀ ਆ ਕਿਵੇਂ ਨਹੀਂ ਚੱਲਣੀ, ਤੂੰ ਹੀ ਚਲਾਉਣੀ ਜੋ ਕੁਛ ਕਰਨਾ ਹੈ। ਸਾਨੂੰ ਕੁਦਰਤੀ ਇੱਥੋਂ ਡਰਾਈਵਰ ਲੱਭ ਗਿਆ, ਡਰਾਈਵਰ ਹੈਗਾ ਬਾਕੀ ਥੋੜ੍ਹਾ ਜਿਹਾ ਨਜਾਣ ਹੈ, ਡਰਾਈਵਰ ਜ਼ੋਰ ਹੈਗਾ। ਅਤੇ ਇਹ ਦੱਸ ਨਹੀਂ ਬਸ ਸ਼ੀਟ ਦੇ ਬਹਿਣ ਵਾਲਾ, ਇਹ ਤਾਂ ਇਹਦੇ ਕੋਲ ਪੋਲ ਲੰਘਵਾਈ ਹੈ ਇੱਕ ਵੀ ਮੈਂ ਚੱਲ ਵੀਡੀਓ ਬਣਾ ਲਾਂ ਇਹਦੇ ਕਰਕੇ ਵੀ ਚੱਲ ਤੂੰ ਪੋਲ ਲੰਘਾ ਦੇ 1-2 ਗੇੜੇ ਲਾ ਦੇ, ਜਾਣ ਲੱਗੇ ਵੀ ਅਸੀਂ ਬਣਾਉਣੀ ਆ, ਜਾਣ ਲੱਗੇ ਫਿਰ ਬਿਠਾਵਾਂਗੇ ਆਪਾਂ। ਅਤੇ ਬਾਕੀ ਪਿੱਛੇ ਦਾ ਤੁਹਾਨੂੰ ਦਿਖਾਉਣੇ ਕਿੱਦਾਂ ਦਾ ਚੱਲ ਰਿਹਾ ਕੰਮ, ਆਹ ਤਾਂ ਪੁਰਾਣੀ ਟੁੱਟੀ ਹੋਈ ਹੈ ਪਿੱਛੇ ਜੀ, ਠੀਕ ਕੰਮ ਹੋ ਰਿਹਾ ਇਹਦੇ ਤਾਂ ਕੁਛ ਨਾ ਕੁਛ ਬਣੇਗਾ ਲੱਗਦਾ ਹੈ ਹਨਾ। ਇਹਨੇ ਇਹਦੇ ਵਿੱਚ ਇਹਨਾਂ ਨੂੰ ਮਹਿਸੂਸ ਨਹੀਂ ਹੋਣਾ ਪੈਸੇ ਦੇਣ ਲੱਗਦਾ, ਆਪਾਂ ਨੂੰ ਵੀ ਲਾਉਣਾ ਲੈਣ ਲੱਗਾ ਹਨਾ, ਵੀ ਪੈਸੇ ਲੈਣ ਲੱਗਾ ਆਪਾਂ ਮਹਿਸੂਸ ਨਹੀਂ ਹੋਣਾ ਹਨਾ ਵੀ ਠੀਕ ਹੀ ਲੈ ਰਿਹਾ ਕਦੇ। ਅਤੇ ਬੰਦਾ ਜੀ ਕਿਤੇ ਪਹਿਲਾਂ ਗੇੜਾ ਲਾ ਲਵੇ ਨਾ ਸਹੀ ਤਰੀਕੇ ਨਾਲ, ਅਤੇ ਸਮਝ ਲੈ ਵੀ ਮੂੰਗੀ ਵੱਢ ਲੈ। ਮੂੰਗੀ ਤਾਂ ਯਾਰ ਹਰੇਕ ਬੰਦਾ ਨੇ ਡਰਾਈਵਰੀ ਕਰ ਸਕਦਾ ਹਰੇਕ ਜਿਹਨੂੰ ਤਰੀਕਾ ਉਹਦੇ ਘਰ, ਇਹ ਤੇਰਾ ਲਾਭ ਹੀ ਚੋਕ ਕਰਦਾ ਹੋਣਾ ਪੱਕਾ ਹੀ ਪਹਿਲੇ ਗੇੜੇ, ਐਵੇਂ ਤਾਂ ਤੇਰੇ ਬੁੱਢੇ ਨੇ ਆਪਾਂ ਦੱਸ ਦਿੱਤਾ ਵੀ ਚੋਕ ਹੋਇਆ ਕੜਾ ਬੈਠ ਲਾ ਲਿਆ, 6 ਸਾਲ ਹੋ ਗਏ ਉਹਨੂੰ ਮਸ਼ੀਨ ਚਲਾਉਂਦਿਆਂ ਨੂੰ, ਵੇਖ ਮੇਰੀ ਗੱਲ ਤਾਂ ਹੋਣਾ ਤੇ ਡੈਡੀ ਨੇ ਕਿਉਂ ਆਖਿਆ, ਸਿਰਫ ਆਉਂਦੀ ਫਰਮਾਇਸ਼ ਤੇ ਨਵੀਂ ਤਿਆਰ ਹੋਈ ਹੈ, ਤੇ ਡੈਡੀ ਨੇ ਕਿਉਂ ਆਖਿਆ ਵੀ ਜਦੋਂ ਚੋਕ ਹੋ ਜਾਣਾ ਤੇ ਆਹ ਬੈਠ ਲਾ ਲਿਆ ਜੀ, ਉਹਨੇ ਇਸੇ ਕਰਕੇ ਕਟਰ ਚੋਕ ਹੁੰਦਾ ਉਹਦੇ ਕੋਲ ਵੀ ਨਹੀਂ ਹੁੰਦਾ, ਆਹ ਕਿੱਡਾ ਢੇਰ ਲੱਗਾ ਇੱਥੇ ਤੂੰ ਕੋਲ ਖੜੋ ਕੇ ਲਵਾ ਉਹਦਾ ਚੁਕਾ ਦੇਵੇ। ਮੇਰੇ ਕਾਰਨ ਹੀ ਉਹ ਫਿਰ ਲਾਈ ਬੈਠਾ ਬੈਲਟ ਬੁਲਟ ਜੀ ਲੜੀ ਜਾਂਦਾ ਤੂੰ ਲਾ ਗੇੜੇ, ਮੈਂ ਅੱਗੇ ਮੈਂ ਕਿੱਲਾ ਉਹ ਵੱਢ ਦਿੱਤਾ ਤੈਨੂੰ, ਮੈਂ ਇੱਕ ਵੱਲ ਤਾਂ ਸਿੱਖ ਲੱਗੂਗਾ ਕਿਤੇ ਚਲਾਉਣੀ ਪੈ ਸਕਦੀ ਤੇਰੇ ਕੋਲ ਤੈਨੂੰ, ਮਿੱਟੀ ਕਰਕੇ ਹੋਵੇ ਮਿੱਟੀ ਮਿੱਟੀ ਚੱਕਦੇ ਨਾ ਤਾਂ ਜਾਂਦੀ ਹੈ।
ਮੜਾ ਇਹਨਾਂ ਮੁੰਗੀ ਵੱਡੀ ਆ ਮੜਾ ਇਹ ਕਟਰ ਉੱਤੇ ਰੱਖੀ ਇਹਨਾਂ ਕੋਲ ਉੱਥੇ ਘਟੇਰੀ ਲੱਗੀ ਹੋਈ ਹੈ ਉਹ ਵੇਖ ਕੇ ਆਹੋ ਇਹ ਨਾ ਇਹਨਾਂ ਗੁੱਚਾ ਰੱਖੀ ਆ ਪਹਿਲਾ ਕਿਹੜਾ ਲੱਗ ਗਿਆ ਹੁਣ ਇਹ ਤੋਂ ਬਾਅਦ ਐਡਾ ਢਿੱਲਾ ਕਰ ਲੈ ਉਹਦਾ ਹੁੰਦਾ ਚੜ੍ਹਦਾ ਨੀ ਬੈਲਟ ਗਲਾਰੀ ਦੇ ਐਂ ਕਰ ਇੱਕ ਮਿੰਟ ਰੁਕ ਇਹਨੂੰ ਲਾ ਪਹਿਲਾਂ ਇਹਨੂੰ ਲਾ ਲਾਲ ਲਾਲ ਛਾਵਾ ਇੱਕ ਪਾਸੋਂ ਲਾ ਐਵੇਂ ਨਹੀਂ ਉੱਤੋਂ ਲਾਲ ਹੈ ਉੱਤੋਂ ਲਾਲ ਇੱਕ ਪਾਸੋਂ ਲਾਲ ਹੈ ਕਿੱਧਰੋਂ ਤਾਂ ਲਾ ਜਾਂ ਪੇ ਕਰ ਲਾ ਫਿਰ ਜਿਹਨੇ ਲਾਣੀ ਤਾਂ ਇੱਕ ਪਾਸੋਂ ਲਾ ਜਦੋਂ ਮਰਜ਼ੀ ਲਾਲ ਹੈ ਲੈ ਗਈ ਮਿੱਟੀ ਵੀ ਕੱਢ ਲਓ ਫਿਰ ਨਾ ਚੌਕ ਵਿੱਚ ਮੂੰਗੀ ਖਰਾਬ ਹੋ ਜਾਣੀ ਤੁਹਾਡੀ ਮਿੱਟੀ ਚੱਕੀ ਆ ਤਾਂ ਫਿਰ ਕਿਸੇ ਕੰਮ ਨਹੀਂ ਰਾਜ ਨੀ ਮੂੰਗੀ ਬੰਦਾ ਔਖਾ ਬਹੁਤ ਹੋਇਆ ਖੜਾ ਤੇਰੇ ਮਨ ਇੱਕ ਬਸ ਚੈਨ ਲਾ ਲਈ ਆਪਾਂ ਜਾਂ ਚਾਬੀ ਲਾ ਉਨੀ ਦੀ ਫਿਰ ਹਾਰੇ ਹੀ ਹੈ ਮਸ਼ੀਨ ਚਲਾਉਣ 'ਚ ਕਿਵੇਂ ਠੀਕ ਹੈ ਹਾਂ ਅੱਛਾ ਸੈੱਟ ਹੈ ਬਾਏ ਨਾ ਮਿੱਟੀ ਕਾਰਨ ਮਿੱਟੀ ਦੇ ਚੱਕਰ 'ਚ ਨਾ ਥੋੜ੍ਹਾ ਜਿਹਾ ਹੈਗਾ ਅਤੇ ਟਰੈਕਟਰ ਬਸ ਥੋੜ੍ਹਾ ਦੱਬਦਾ ਨਹੀਂ ਕਿਵੇਂ ਲੱਗਦਾ ਨਹੀਂ ਇਹ ਨਾ ਦੱਬਦਾ ਮੈਨੂੰ ਪਤਾ ਕਿਉਂ ਦੱਬਦਾ ਇਹ ਟਰੈਕਟਰ 'ਤੇ ਕਿਉਂ ਲੋਡ ਪੈਂਦਾ ਟਰੈਕਟਰ 'ਚ ਕੋਈ ਫਾਲਟ ਨਹੀਂ ਗਾ ਟਰੈਕਟਰ ਸਹੀ ਹੈ ਫਾਲਟ ਮਸ਼ੀਨ 'ਚ ਛੋਟਾ ਜਿਹਾ ਇੱਕ ਉਹ ਇਹਨੂੰ ਮੈਂ ਬਾਅਦ 'ਚ ਮੂੰਗੀ ਵੱਢਦਾ ਫਿਰ ਦੱਸਾਂਗੇ ਇਹਨੂੰ ਮੈਂ ਵਿਹਲੇ ਟਾਈਮ ਬੈਠ ਕੇ ਗਰਾਮ ਸੇ ਇਹਨੂੰ ਵੱਢੇਗਾ ਨਾ ਤੂੰ ਖੋਲ ਯਾਰ ਬਾਈ ਉਹਦੇ ਕੋਲ ਨਹੀਂ ਖੋਲਣਾ ਇਹ ਸਾਹ ਮੈਨੂੰ ਪਤਾ ਲੱਗਾ ਸਾਡਾ ਕਿਉਂ ਟਰੈਕਟਰ 'ਤੇ ਲੋਡ ਲੈਂਦਾ ਦੱਸ ਦਾਂਗੇ ਬਾਅਦ 'ਚ ਹਾਂ ਓ ਦੱਸ ਦਾਂਗੇ ਬਾਅਦ 'ਚ ਦੱਸਾਂ ਵੀਡੀਓ 'ਚ ਨਾ ਫਿਰ ਦੱਸੀਏ ਇਕੱਲੇ ਹੁੰਦੇ ਨੂੰ ਦੱਸੀ ਹੈ ਨਾ ਮੂੰਗੀ ਵੀ ਖਰਾਬ ਹੋਣੀ ਹੈ ਤੇ ਖੇ ਖਰਾਬੀ ਹੋਣੀ ਹੈ ਆਪਣੀ ਹਾਂ ਚਾਬੀਆਂ ਜਿਹੜੀਆਂ ਲੱਗਣੀਆਂ ਨੇ ਉਹ ਇਹਨੂੰ ਰੱਖੇ ਕੋਲ ਮਸ਼ੀਨ 'ਚ ਰੱਖੀ ਫਿਰਦਾ ਹੁਣ ਨਾ ਜੇ ਅੱਗੇ ਅੱਗੇ ਤੁਸੀਂ ਉੱਥੇ ਟਾਈਮ ਖਰਾਬ ਕੀਤਾ ਜੀ ਉਦੋਂ ਤੁਸੀਂ ਪਤਾ ਕੀ ਕਰਨਾ ਸੀ ਉਦੋਂ ਤੇ ਗੇਅਰ ਮਾਰਨੇ ਬੈਕ ਆ ਅਤੇ ਮਿੱਟੀ ਮਿੱਟੀ ਸਾਰੀ ਬਾਹਰ ਆ ਜਾਣੀ ਸੀ ਕੱਟ ਨਿਕਲ ਜਾਣਾ ਸੀ ਇਹ ਦਿਮਾਗ ਕਿਉਂ ਨਹੀਂ ਲਾਇਆ ਤੁਸੀਂ ਹੈਂ ਇਹ ਦਿਮਾਗ ਕਿਉਂ ਨਹੀਂ ਲਾਇਆ ਉਹ ਪੈ ਬੈਗ ਲਾਉਂਦਾ ਇਹਨੇ ਕੱਢ ਦੇਣੀ ਸੀ ਬਾਹਰ ਫਿਰ ਖਿੱਲਰ ਖੁੱਲਰ ਕੇ ਨਿਕਲ ਜਾਣੀ ਸੀ ਅਗਲੇ ਗੇੜੇ ਹੱਸਦਾ ਬੰਦਾ ਵਿੱਚ ਵਿੱਚ ਨਹੀਂ ਨਹੀਂ ਡਰਾਈਵਰ ਬਹੁਤ ਵਧੀਆ ਡਰਾਈਵਰ ਕੋਈ ਨੁਕਸ ਨਹੀਂ ਨੁਕਸ ਹੈਗਾ ਜ਼ਮੀਨ 'ਚ ਇਹਨੇ ਮਿੱਟੀ ਢੇਰ ਲੱਗੇ ਨੇ ਇਹ ਆਪਦੇ ਹਿਸਾਬ ਨਾਲ ਲਈ ਆਉਂਦਾ ਉਹ ਵੀ ਇਹ ਜਿਹੜੇ ਤਰੀਕੇ 'ਚ ਲਾਉਣਾ ਹਾਂ ਤੇ ਮਾੜੀ ਜਿਹੀ ਥੋੜ੍ਹੀ ਜਿਹੀ ਰੇਹ ਕਰਕੇ ਰੱਖ ਇੰਨੀ ਵੀ ਨਹੀਂ ਜ਼ਿਆਦਾ ਜਿੰਨੀ ਤੈਨੂੰ ਕਰਾਈ ਇੰਨੀ ਕਰਕੇ ਰੱਖ ਕਿਉਂਕਿ ਇਹਦੇ ਵਿੱਚ ਚਾਰ ਦਾਣੇ ਹੈਗੇ ਨੇ ਇਹਦੇ ਫਲੀਆਂ ਹੈਗੀਆਂ ਨੇ ਵਿੱਚ ਟੈਂਕੀ ਦੇ ਵੇਖਿਆ ਕਮਾਲ ਆਇਆ ਕੋਈ ਜਾ ਵੇਖ ਮਾੜਾ ਜਾ ਹੈ ਨਹੀਂ ਵੇਖ ਨਹੀਂ ਡਰਾਈਵਰ ਮਾਰੇ ਅਗਾਂ ਰੱਖਣੇ ਤਾਂ ਥੱਲੇ ਕਰ ਥੱਲੇ ਰੇ ਕੱਢ ਕਰ ਥੱਲੇ ਨੂੰ ਕੱਢ ਰੇ ਕਰ ਲੈ ਆਵਾਜ਼ ਕਿਉਂ ਕਰਦਾ
ਬੈਟਰੀ ਹੀ ਮਾਰਦਾ ਪੂਰਾ ਧੂਆਂ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਜਾਂਦੇ ਨੇ ਜਦੋਂ ਟਾਈਮ ਮਾੜਾ ਹੋਵੇ ਬੋਤੇ ਦੇ ਬੈਠੇ ਨੂੰ ਊਰ ਦੇ ਬੈਠੇ ਨੂੰ ਖੜਕੇ ਲਿਆ ਦਿੰਦੇ ਆ ਸਾਨੂੰ ਸ਼ੇਰ ਦੇ ਨੂੰ ਬੋਲਣਾ ਆਉਂਦਾ ਅਤੇ ਉਹ ਗੱਲ ਹੋ ਜਾਂਦੀ ਆ ਬਾਕੀ ਤਕਰੀਬਨ ਮਾਲਕ ਦੀ ਕਿਰਪਾ ਨਾਲ ਸਹੀ ਆ ਰਹੀ ਆ ਅਤੇ ਆਹ ਨਹਿਰ ਆ ਜੀ ਇਹਦਾ ਬੰਦਾ ਮੱਛੀ ਫੜ ਰਿਹਾ ਚੂੰ ਚੂੰ ਨਾ ਕਰ ਥੋੜ੍ਹਾ ਜਿਹਾ ਅੱਜ ਬੋਲ ਜ਼ਿਆਦਾ ਲਿਆ ਅਤੇ ਆਵਾਜ਼ ਕਲੀਅਰ ਜਿਹੀ ਨਹੀਂ ਹੋ ਰਹੀ ਅਤੇ ਬਾਕੀ ਤਕਰੀਬਨ ਬੰਦਾ ਗੇਰ ਵੱਡਾ ਲਾ ਲਾ ਪਜਾ ਕੇ ਲਿਆ ਲੈ ਵੀ ਮਿੱਤਰੋ ਮਸ਼ੀਨਾਂ ਦਾ ਕੰਮ ਗਿਆ ਨਿਬੜਾ ਅੱਜ ਮਸ਼ੀਨ ਦੀ ਧਵਾਈ ਕਰ ਦੇਣੀ ਆ ਇਹਦੀ ਇਹ ਬਾਈ ਵੰਗਾਰ ਸੀ ਇੱਕ ਆਪਣੀ ਇੱਧਰ ਕਿੰਨਾ ਕੁ ਦੇਰ ਦਰਿਆ ਜੀ ਤਾਂ ਕਿੰਨੀਆਂ ਕੁ ਲੱਤਾਂ ਕੰਮੀ ਸਹੀ ਦੱਸੀ ਕੀ ਡਰਿਆ ਕੋਈ ਨਹੀਂ ਡਰਿਆ ਨਾ ਅੱਗੇ ਕਹਿੰਦਾ ਮੈਂ ਡਰਦਾ ਨਹੀਂ ਉਹਨਾਂ ਅੱਗੇ ਅੱਜ ਆਪਾਂ ਨੂੰ ਹੈਲਪਰ ਬਣਨਾ ਪੈ ਗਿਆ ਬੰਦਾ ਕਹਿੰਦਾ ਜੇ ਵੱਡਣ ਜਾਣਾ ਤੈਨੂੰ ਲੈ ਕੇ ਜਾਣੀ ਪਈ ਆ ਮਸ਼ੀਨ ਦੇਖੋ ਪੂਰੇ ਪੂਰੇ ਰਸਤੇ ਆਪਾਂ ਲੈ ਲਈ ਫਿਰ ਟਰੈਕਟਰ ਹੀ ਤੋਰੀ ਫਿਰ ਤੁਹਾਨੂੰ ਖੇਤਾਂ ਜਾ ਹੈ ਨਾ ਮਸ਼ੀਨ ਤਾਂ ਸਮਝਿਆ ਹੀ ਨਹੀਂ ਇਹ ਕਹਿੰਦਾ ਟਰੈਕਟਰ ਹੀ ਆ